ਸ਼ਿਵਸੈਨਾ ਆਗੂ ਨੇ ਆਪਣੇ ਤੇ ਕਰਵਾਇਆ ਝੂਠਾ ਹਮਲਾ, ਆਪਣੇ ਸਾਥੀਆਂ ਨੂੰ ਕੱਟਾ ਦੇ ਕੇ ਕਰਵਾਏ ਫਾਇਰ, ਪੁਲਿਸ ਨੂੰ ਫੋਨ ਕਰਕੇ ਦਰਜ ਕਰਵਾਇਆ ਝੂਠਾ ਕੇਸ, ਸੀਸੀਟੀਵੀ ਵੀ ਆਪ ਕਰਵਾਈ ਮੁਹੱਈਆ। ਹਮਲਾ ਕਰਵਾ ਪੁਲਿਸ ਤੋਂ ਲੈਣਾ ਚਾਹੁੰਦਾ ਸੀ ਸੁਰੱਖਿਆ ਗਾਰਡ, ਪੁਲਿਸ ਮੁਲਾਜ਼ਮਾਂ ਨੂੰ ਨਾਲ ਰੱਖ ਕਰਨਾ ਚਾਹੁੰਦਾ ਸੀ ਫੋਕਾ ਦਿਖਾਵਾ। ਅੰਤ ਜਿੱਤ ਸੱਚ ਦੀ ਹੋਈ, ਪੁਲਿਸ ਨੇ ਫੜ ਲਿਆ ਝੂਠ। ਮਾਮਲਾ ਬਠਿੰਡਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ 19 ਫਰਵਰੀ ਨੂੰ ਇੱਕ ਪੁਲਿਸ ਦੇ ਕੋਲ ਮਾਮਲਾ ਦਰਜ ਹੁੰਦਾ ਹੈ ਇੱਕ ਸ਼ਿਵ ਸੈਨਾ ਆਗੂ ਤੇ ਹਮਲੇ ਦਾ। ਸੀਸੀਟੀਵੀ ਤਸਵੀਰ ਵੀ ਸਾਹਮਣੇ ਆਉਂਦੀ ਹੈ, ਜਿਸ ਦੇ ਵਿੱਚ ਇੱਕ ਦੁਕਾਨ ਦੇ ਬਾਹਰ ਸ਼ਿਵ ਸੈਨਾ ਆਗੂ ਤੇ ਹਮਲਾ ਕਰਦੇ ਹੋਏ ਕੁਝ ਨੌਜਵਾਨ ਵੀ ਦਿਖ ਰਹੇ ਨੇ। ਪੁਲਿਸ ਨੇ ਜਾਂਚ ਪੜਤਾਲ ਕੀਤੀ ਤਾਂ ਬਾਅਦ ਦੇ ਵਿੱਚ ਪਤਾ ਚੱਲਿਆ ਕਿ ਹਮਲਾ ਕਰਨ ਵਾਲੇ ਸ਼ਿਵ ਸੈਨਾ ਆਗੂ ਦੇ ਹੀ ਬੰਦੇ ਸੀ ਤੇ ਸ਼ਿਵ ਸੈਨਾ ਆਗੂ ਨੇ ਹੀ ਉਹਨਾਂ ਨੂੰ ਕੱਟਾ ਮੁਹੱਈਆ ਕਰਵਾ ਕੇ ਆਪਣੇ ਤੇ ਹਮਲਾ ਕਰਵਾਇਆ। ਸ਼ਿਵ ਸੈਨਾ ਆਗੂ ਦੀ ਇਸ ਪਿੱਛੇ ਸਕੀਮ ਇਹ ਸੀ ਕਿ ਉਹ ਹਮਲਾ ਕਰਵਾਏਗਾ ਅਤੇ ਪੁਲਿਸ ਤੋਂ ਫ੍ਰੀ ਦੇ ਸੁਰੱਖਿਆ ਗਾਰਡ ਮਿਲ ਜਾਣਗੇ, ਪਰ ਉਹ ਆਪਣੇ ਇਹਨਾਂ ਮਨਸੂਬਿਆਂ ਦੇ ਵਿੱਚ ਨਾਕਾਮਯਾਬ ਹੋਇਆ। ਪੁਲਿਸ ਨੇ ਜਾਂਚ ਕਰਦੇ ਹੋਏ ਦੋਨੇ ਜਿਹੜੇ ਹਮਲਾ ਕਰਨ ਆਏ ਸੀ ਦੋਨਾਂ ਨੂੰ ਗ੍ਰਿਫਤਾਰ ਕੀਤਾ। ਇੰਟੈਰੋਗੇਸ਼ਨ ਦੇ ਵਿੱਚ ਪਤਾ ਚੱਲਿਆ ਕਿ ਇਹ ਦੋਨੇ ਜਣੇ ਸ਼ਿਵ ਸੈਨਾ ਆਗੂ ਦੇ ਹੀ ਬੰਦੇ ਨੇ ਅਤੇ ਜਾਣ ਬੂਝ ਕੇ ਇਹਨਾਂ ਨੇ ਫਾਇਰਿੰਗ ਕੀਤੀ ਤਾਂ ਕਿ ਸ਼ਿਵ ਸੈਨਾ ਆਗੂ ਨੂੰ ਸੁਰੱਖਿਆ ਗਾਰਡ ਮਿਲ ਜਾਣ। ਦੱਸ ਦਈਏ ਕਿ ਸ਼ਿਵ ਸੈਨਾ ਆਗੂ ਦਾ ਨਾਮ ਮਨਿੰਦਰ ਸਿੰਘ ਉਰਫ ਮੰਨੀ ਦੱਸਿਆ ਜਾ ਰਿਹਾ ਹੈ, ਜਿਸ ਨੇ ਆਪਣੇ ਸਾਥੀਆਂ ਅਵਿਸ਼ ਕੁਮਾਰ ਅਤੇ ਪਰਸੂ ਰਾਮ ਦੇ ਨਾਲ ਇਹ ਸਕੀਮ ਘੜੀ, ਪਰ ਅੰਤ ਦੇ ਵਿੱਚ ਉਹ ਨਾਕਾਮਯਾਬ ਰਿਹਾ। ਆਓ ਪੁਲਿਸ ਤੋਂ ਜਾਣਦੇ ਹਾਂ ਆਖਿਰਕਾਰ ਪੂਰਾ ਪਲੈਨ ਕੀ ਸੀ ਇਹਨਾਂ ਦਾ ਅਤੇ ਪੁਲਿਸ ਨੇ ਇਹਨਾਂ ਨੂੰ ਕਿਵੇਂ ਕਾਬੂ ਕੀਤਾ। ਇਹ 19 ਫਰਵਰੀ ਦੀ ਰਾਤ ਦੀ ਜਿਹੜੀ ਇੱਕ ਇੰਸੀਡੈਂਟ ਸਾਨੂੰ ਰਿਪੋਰਟ ਹੋਇਆ ਸੀਗਾ, ਜਿਸ ਦੇ ਵਿੱਚ ਮਨਿੰਦਰ ਮਣੀ ਨਾਮ ਦੇ ਵਿਅਕਤੀ ਨੇ ਆਪਣੇ ਆਪ ਨੂੰ ਜੋ ਸ਼ਿਵ ਸੈਨਾ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੱਸਦਾ ਹੈ, ਉਸਨੇ ਆਪਣੇ ਆਪ ਨੂੰ ਕਾਲ ਕੀਤੀ ਸੀਗੀ ਕੰਟਰੋਲ ਰੂਮ ਦੇ ਉੱਪਰ ਵੀ ਮੇਰੀ ਸ਼ੋਪ ਦੇ ਵਿੱਚ ਇੱਕ ਫਾਇਰਿੰਗ ਕੀਤੀ ਗਈ ਹੈ, ਦੋ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕਰਕੇ ਚਲੇ ਗਏ ਨੇ ਅਤੇ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਸ ਘਟਨਾ ਦੇ ਸੰਬੰਧ ਦੇ ਵਿੱਚ ਮਾਣਯੋਗ SSP ਸਾਹਿਬ ਵੱਲੋਂ SSP ਸਾਹਿਬ ਬਠਿੰਡਾ ਵੱਲੋਂ ਬੜੀ ਸਖਤੀ ਨਾਲ ਇਸ ਚੀਜ਼ ਨੂੰ ਲਿਆ ਗਿਆ ਅਤੇ ਇਸ ਦੇ ਵਿੱਚ ਵੱਖ ਵੱਖ ਟੀਮਾਂ ਜਿਹੜੀਆਂ ਹੈਗੀਆਂ ਪੁਲਿਸ ਦੀ ਗਠਿਤ ਕੀਤੀਆਂ ਗਈਆਂ ਅਤੇ ਸਾਡੀ ਬਠਿੰਡਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ SHO ਕਨਾਲ ਕਲੋਨੀ ਸਬ ਇੰਸਪੈਕਟਰ ਪਾਰਸ ਚਹਿਲ ਅਤੇ CIA 2 ਦੇ ਇੰਚਾਰਜ ਦੀ ਟੀਮਾਂ ਵੱਲੋਂ ਜੁਆਇੰਟ ਓਪਰੇਸ਼ਨ ਦੇ ਵਿੱਚ ਜਿਹੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਵਿੱਚ ਇੱਕ ਜੋ ਕਾਲ ਕਰਨ ਵਾਲਾ ਵਿਅਕਤੀ ਜੋ ਮਨਿੰਦਰ ਮਣੀ ਖੁਦ ਜਿਹੜਾ ਸੀਗਾ ਉਹ ਇਹਦੇ ਵਿੱਚ ਇਨਵੋਲਵ ਸੀਗਾ, ਉਸ ਦੇ ਨਾਲ ਇੱਕ ਅਵਿਸ਼ ਅਰੋੜਾ ਜਿਹੜਾ ਉਹਦਾ ਦੋਸਤ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਗਿਆ। ਸੋ ਇਹਦੀ ਸਾਰੀ ਇੰਟੈਰੋਗੇਸ਼ਨ ਇਨਵੈਸਟੀਗੇਸ਼ਨ ਜਦੋਂ ਡੂੰਘਾਈ ਨਾਲ ਕੀਤੀ ਗਈ ਤਾਂ ਨਿਕਲ ਕੇ ਸਾਹਮਣੇ ਆਇਆ ਵੀ ਪਹਿਲਾਂ 15/6/2022 ਨੂੰ ਇਸ ਦੇ ਆਪਣੇ ਜਿਹੜੇ ਪੋਸਟਰ ਲਗਾਏ ਹੋਏ ਸੀਗੇ ਉਹਨਾਂ ਦੇ ਉੱਪਰ ਜਿਹੜੀ ਕਾਲਖ ਦੇ ਵਿੱਚ ਕ੍ਰੋਸ ਦਾ ਨਿਸ਼ਾਨ ਲਗਾਇਆ ਸੀਗਾ ਵੀ ਜਿਹੜੀ ਅਤੇ ਕੰਪਲੇਂਟ ਦਾਇਰ ਕੀਤੀ ਸੀ ਕੁਛ ਲੋਕਾਂ ਵੱਲੋਂ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਨਾਲ, ਮਨਸ਼ਾ ਦੇ ਨਾਲ ਜਿਹੜੇ ਕਿ ਮੇਰੇ ਪੋਸਟਰ ਕਾਲੇ ਕੀਤੇ ਗਏ ਨੇ ਅਤੇ ਮੈਨੂੰ ਵੱਖ ਵੱਖ ਨੰਬਰਾਂ ਤੋਂ ਕਾਲਸ ਵੀ ਕਰ ਰਹੇ ਨੇ ਕਿ ਅਸੀਂ ਤੈਨੂੰ ਜਾਨੋਂ ਮਾਰ ਦਿਆਂਗੇ। ਉਸ ਤੋਂ ਬਾਅਦ 4 ਫਰਵਰੀ 2023 ਨੂੰ ਫਿਰ ਇੱਕ ਕੰਪਲੇਂਟ ਦਾਇਰ ਕੀਤੀ ਕਿ ਮੇਰੇ ਦੁਕਾਨ ਦੇ ਵਿੱਚ ਜਿਹੜੇ ਹੈਗੇ ਕੁਛ ਲੋਕਾਂ ਵੱਲੋਂ ਇੱਟਾਂ ਨਾਲ ਹਮਲਾ ਕੀਤਾ ਗਿਆ, ਮੇਰੇ ਕੱਚ ਦੇ ਸ਼ੀਸ਼ੇ ਜਿਹੜੇ ਦੁਕਾਨ ਦੇ ਸ਼ੀਸ਼ੇ ਭੰਨੇ ਗਏ ਨੇ। ਸੋ ਜਿਹੜੇ ਹੈਗੇ ਨੇ ਮੇਰੇ ਉੱਪਰ ਜਾਨਲੇਵਾ ਜਿਹੜੇ ਹਮਲੇ ਵਾਰ ਵਾਰ ਹੋ ਰਹੇ ਨੇ, ਤੋ ਇਹਨਾਂ ਘਟਨਾਵਾਂ ਨੂੰ ਲੈ ਕੇ ਉਹਨਾਂ ਨੇ ਹਾਈਕੋਰਟ ਦੇ ਵਿੱਚ ਰੁੱਖ ਕੀਤਾ ਕਿ ਸਾਨੂੰ ਜਿਹੜੀ ਹੈਗੀ ਹੈ ਸਿਕਿਉਰਿਟੀ ਦਿੱਤੀ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਚੱਲ ਹੀ ਰਹੀਆਂ ਸੀਗੀਆਂ ਕਿ ਇਹਨਾਂ ਨੇ 19 ਫਰਵਰੀ ਦੀ ਰਾਤ ਨੂੰ ਫਿਰ ਇੱਕ ਫਾਇਰਿੰਗ ਜਿਹੜੀ ਹੈਗੀ ਇੰਸੀਡੈਂਟ ਕਰਵਾਈ। ਜਦੋਂ ਇਸ ਸੰਬੰਧ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਖੁਦ ਹੀ ਜਿਹੜੀ ਸਾਰੀ ਸਾਜ਼ਿਸ਼ ਸੀਗੀ ਮਨਿੰਦਰ ਮਣੀ ਵੱਲੋਂ ਆਪਣੀ ਸਿਕਿਉਰਿਟੀ ਲੈਣ ਦੀ ਖਾਤਰ ਰਚੀ ਗਈ ਸੀਗੀ, ਉਸਨੇ ਆਪਣੇ ਦੋ ਦੋਸਤਾਂ ਨੂੰ ਹਾਇਰ ਕੀਤਾ ਸੀਗਾ ਅਵਿਸ਼ ਅਤੇ ਰਾਜੂ ਨੂੰ,
ਜਿਹੜਾ ਅਵੀ ਸੀਗਾ ਮੋਟਰਸਾਈਕਲ ਚਲਾ ਰਿਹਾ ਸੀਗਾ, ਰਾਜੂ ਜਿਹੜਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀਗਾ ਉਹਨੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਫਾਇਰ ਕੀਤਾ। ਤੋ ਇਹਨਾਂ ਦੇ ਜਿਹੜਾ ਮੇਨ ਪਰਪਸ ਸੀਗਾ ਉਹ ਸਿਕਿਉਰਿਟੀ ਲੈਣਾ ਸੀਗਾ, ਕਿਉਂਕਿ ਇਹ ਸਿਕਿਉਰਿਟੀ ਲੈਣ ਲਈ 2 ਸਾਲਾਂ ਤੋਂ ਲਗਾਤਾਰ ਟਰਾਈ ਕਰ ਰਿਹਾ ਸੀਗਾ। ਤੋ ਕਾਫੀ ਡੈਸਪਰੇਟ ਹੋ ਗਿਆ ਸੀਗਾ ਅਤੇ ਇਸਨੇ ਜਿਹੜੀ ਹੈਗੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੇ ਵਿੱਚ ਸੰਬੰਧ ਦੇ ਵਿੱਚ ਹੀ ਮਾਣਯੋਗ ਐਸ ਐਸ ਪੀ ਸਾਹਿਬ ਵੱਲੋਂ ਅਸੀਂ ਬਠਿੰਡਾ ਪੁਲਿਸ ਵੱਲੋਂ ਇੱਕ ਸੰਦੇਸ਼ ਦੇਣਾ ਚਾਹਾਂਗੇ ਵੀ ਜੋ ਵੀ ਇੱਦਾਂ ਦੇ ਆਪਣੇ ਆਪ ਨੂੰ ਫਰਜ਼ੀ ਜਿਹੜੀ ਹੈਗੀ ਹੈ ਕਿਸੇ ਸੰਸਥਾ ਦਾ ਦੱਸ ਕੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਭੜਕਾਊ ਭਾਸ਼ਣ ਦੇ ਕੇ ਇੱਦਾਂ ਗਨਮੈਨ ਦੀ ਜਿਹੜੀ ਦੁਰ ਲੈ ਕੇ ਉਸਦੀ ਦੁਰਵਰਤੋਂ ਕਰਦੇ ਨੇ, ਉਹਨਾਂ ਦੀ ਸਖਤੀ ਨਾਲ ਜਿਹੜੀ ਹੈਗੀ ਨਜਿੱਠਿਆ ਜਾਊਗਾ, ਉਹਨਾਂ ਦੇ ਖਿਲਾਫ਼ ਜਿਹੜੀ ਸਖਤ ਐਕਸ਼ਨ ਲਿਆ ਜਾਊਗਾ। ਅਤੇ ਇਸ 'ਚ ਜਿਹੜੀ ਕੋਈ ਵੀ ਬੰਦਾ ਜਿਹੜਾ ਹੈਗਾ ਜਿਹੜੀ ਸਿਕਿਉਰਿਟੀ ਮਿਲਦੀ ਹੈ, ਸਿਕਿਉਰਿਟੀ ਕਵਰ ਹੈਗੀ ਹੈ, ਉਹਨੂੰ ਮਿਸਯੂਜ਼ ਕਰਨ ਲਈ ਆਪਣੇ ਪਰਸਨ ਰਿਕਵਰੀ ਸਰ ਹੁਣ ਤੱਕ ਕੀ ਹੋਈ? ਵੈਪਨ ਦੀ ਤੁਸੀਂ ਗੱਲ ਕੀਤੀ ਹੈ, ਵਹੀਕਲ ਮੋਟਰਸਾਈਕਲ ਮੇਰੇ ਖਿਆਲ 'ਚ ਆਇਆ ਸੀ, ਹੋਰ ਕੀ ਕੁਛ ਤੁਸੀਂ ਕਬਜ਼ੇ 'ਚ ਲਿਆ? ਜਿਹੜਾ ਇਹਨਾਂ ਵੱਲੋਂ ਵੈਪਨ ਯੂਜ਼ ਕੀਤਾ ਗਿਆ ਸੀ 312-15 ਬੋਰ ਦਾ ਜਿਹੜਾ ਦੇਸੀ ਕੱਟਾ ਸੀਗਾ ਉਹ ਬਰਾਮਦ ਕਰ ਲਿਆ ਗਿਆ ਹੈ। ਅਤੇ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਾਰਦਾਤ ਦੇ ਵਿੱਚ ਵਰਤ ਕੀਤੀ ਗਈ ਸੀਗੀ, ਮਨਿੰਦਰ ਮਣੀ ਦੇ ਕੋਲੋਂ ਜਿਹੜਾ ਹੈਗਾ ਵੈਪਨ ਜਿਹੜਾ ਹੈਗਾ ਰਿਕਵਰ ਹੋਇਆ ਸੀ। ਬਿਲਕੁਲ, ਕਿਤੇ ਨਾ ਕਿਤੇ ਪੁਲਿਸ ਨੇ ਕਾਰਵਾਈ ਜ਼ਰੂਰ ਕੀਤੀ ਹੈ ਮਨਿੰਦਰ ਮਣੀ, ਕੋਈ ਪਛਤਾਵਾ ਹੈ ਕੀਤੇ 'ਤੇ? ਜਿਵੇਂ ਤੁਸੀਂ ਕਹਿ ਰਹੇ ਸੀ ਕਿ ਮੈਨੂੰ ਗਨਮੈਨ ਚਾਹੀਦੇ ਨੇ, ਪੁਲਿਸ ਕੀ ਕਹਿ ਰਹੀ ਹੈ? ਸਹਿਮਤ ਉਹਦੇ ਨਾਲ? ਸਹਿਮਤ ਹੋ ਪੁਲਿਸ ਨੇ ਜੋ ਕਾਰਵਾਈ ਕੀਤੀ ਹੈ, ਕੋਈ ਪਛਤਾਵਾ ਤੁਹਾਨੂੰ?